Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਚੰਗੀਰ, ਮੈਂ ਤੈਨੂੰ ਬਸ ਇੱਕੋ ਗੱਲ ਪੁੱਛਣੀ ਹੈ। ਜੇ ਤੈਨੂੰ ਇਹ ਪਤਾ ਲੱਗੇ ਕਿ ਤੇਰੀ ਵੋਟੀ ਵਿਆਹ ਤੋਂ ਪਹਿਲਾਂ ਤੈਨੂੰ ਸਿਰਫ ਝੂਠ ਬੋਲਦੀ ਹੈ, ਤੁਹਾਡਾ ਰਿਸ਼ਤਾ ਇੱਕ ਝੂਠ ਦੇ ਆਸਰੇ ਖੜਾ ਹੈ, ਫਿਰ ਤੈਨੂੰ ਕਿੱਦਾਂ ਦਾ ਲੱਗੂਗਾ? ਕੀ ਕਰੇਗਾ ਫਿਰ? ਸ਼ਨੈ, ਤੂੰ ਇਹ ਹਾਈਪੋਥੈਟੀਕਲ ਕੁਐਸਚਨ ਕਿਉਂ ਪੁੱਛ ਰਹੀ ਹੈ? ਜਨਵੀਰ, ਮੈਂ ਸਿਰਫ ਇੰਨਾ ਹੀ ਦੱਸਣਾ ਹੈ ਕਿ ਝੂਠ ਦੇ ਆਸਰੇ ਬਣਾਇਆ ਗਿਆ ਰਿਸ਼ਤਾ ਕਦੇ ਵੀ ਟਿਕ ਨਹੀਂ ਸਕਦਾ, ਸਮਝ? ਰੀਤ ਦਾ ਕੀ ਹੈ? ਉਹ ਤਾਂ ਸਾਰਿਆਂ ਨੂੰ ਮਨਾ ਹੀ ਲੈਂਦੀ ਹੈ, ਪਰ ਤੂੰ ਤਾਂ ਸੋਚ ਇਹ ਸਹੀ ਹੈ ਜਾਂ ਗਲਤ। ਦੱਸ ਰਣਵੀਰ। ਸੁਣਾਓ, ਫਿਰ ਕੀ ਕਰਨਾ ਚਾਹੀਦਾ ਹੁਣ? ਤੂੰ ਦੱਸ, ਤੈਨੂੰ ਇਦਾਂ ਕਿਉਂ ਲੱਗਦਾ ਕਿ ਅਸੀਂ ਮਾਨਵ ਨਾਲ ਝੂਠ ਬੋਲਣਗੇ ਤੇ ਮਾਨਵ ਤੇ ਪਲਕ ਦਾ ਰਿਸ਼ਤਾ ਝੂਠ ਦੇ ਆਸਰੇ ਜੁੜੇਗਾ? ਇਹ ਤੂੰ ਕੀ ਕਰ ਰਹੀ ਹੈ? ਤੂੰ ਬਸ ਮੇਰੀ ਗੱਲ ਦਾ ਸਿੱਧਾ ਸਿੱਧਾ ਜਵਾਬ ਦੇ। ਤੂੰ ਰੀਤ ਕੋਲੋਂ ਪਿੱਛਾ ਛੁਡਾਉਣਾ ਚਾਹੁੰਦਾ ਹੈ ਨਾ? ਦੇਖ, ਮੇਰੇ ਕੋਲੋਂ ਗੋਲ ਮੋਲ ਗੱਲਾਂ ਨਹੀਂ ਹੁੰਦੀਆਂ। ਸਿੱਧਾ ਸਿੱਧਾ ਦੱਸ, ਰੀਤ ਨੂੰ ਰਸਤੇ ਚੋਂ ਹਟਾਉਣ ਲਈ ਮੇਰੀ ਮਦਦ ਕਰੇਂਗੇ ਜਾਂ ਨਹੀਂ? ਅੱਛਾ, ਹੁਣ ਮੈਂ ਸਮਝਿਆ। ਤੂੰ ਇਸ ਘਰ ਵਿੱਚ ਆਈ ਹੈ ਰੀਤ ਨੂੰ ਆਪਣੇ ਰਸਤੇ ਚੋਂ ਹਟਾ ਕੇ ਰਣਵੀਰ ਨੂੰ ਆਪਣੀ ਮਨੀਚ ਕਰਨ ਲਈ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।